ਸਭ ਤੋਂ ਪਹਿਲਾਂ ਆਪਣੇ ਛੋਟੇ ਭਤੀਜੇ, ਆਪਣੇ ਛੋਟੇ ਬ੍ਰਦਰ ਦੇ ਬੇਟੇ ਗੈਰੀ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਦਿੰਦੀ ਹਾਂ ਲੋਹੜੀ ਦੀ, ਜਿਹੜੇ ਫੈਸਟੀਵਲ 'ਚ ਅਸੀਂ ਸਾਰੇ ਭੈਣ ਭਰਾ ਕਈ ਸਾਲਾਂ ਬਾਅਦ ਉਹਦੇ ਕਾਰਨ ਹੀ ਅੱਜ ਸਾਰੇ ਇਕੱਠੇ ਹੋਏ ਹਾਂ। ਅਤੇ ਸਭ ਤੋਂ ਵਧੀਆ ਗੱਲ ਹੈ ਕਿ ਅੱਜ ਇੱਕ ਐਸੀ ਹੁੰਦਾ ਸਾਡੇ ਆਪਸ 'ਚ ਭੈਣ ਭਰਾਵਾਂ 'ਚ, ਅਸੀਂ ਫੋਰ ਸਿਸਟਰਸ ਹਾਂ, ਬ੍ਰਦਰਸ ਅੱਗੋਂ ਭਾਬੀਆਂ ਵੀ ਬਹੁਤ ਹੀ ਅੱਛੀਆਂ ਨੇ। 2 ਸਾਲ ਬਾਅਦ ਦੁਬਾਰਾ, ਪਹਿਲਾਂ ਬੇਟੀ ਹੋਈ ਸੀ ਮੇਰੀ ਤਾਂ ਵੀ ਬੜੀ ਖੁਸ਼ੀ ਸੀ, ਪਰ ਪਹਿਲਾਂ ਆਸਟ੍ਰੇਲੀਆ ਸੀ, ਅਸੀਂ ਆਏ ਸੀ 8-9 ਮਹੀਨੇ ਬਾਅਦ, ਐਤਕੀ ਫਿਰ ਹੁਣ ਬੇਟਾ ਹੋਇਆ ਅਤੇ ਪਹਿਲਾਂ ਫੰਕਸ਼ਨ ਆਇਆ ਲੋਹੜੀ ਦਾ, ਅਤੇ ਮਜ਼ਾ ਆ ਰਿਹਾ ਜੀ, ਸਾਰੀ ਫੈਮਿਲੀ ਗੈਟ ਟੂਗੈਦਰ ਹੋਈ ਹੈ ਹੁਣ। ਮੇਰੀ ਦੀ ਲੋਹੜੀ ਦੀ ਬਹੁਤ ਖੁਸ਼ੀ ਹੋ ਰਹੀ ਹੈ, ਬਹੁਤ ਟਾਈਮ ਬਾਅਦ ਸਾਡੀ ਪੂਰੀ ਫੈਮਿਲੀ ਇਕੱਠੀ ਆਈ ਹੈ, ਸਪੈਸ਼ਲੀ ਅਸੀਂ ਫੰਕਸ਼ਨ ਔਰਗਨਾਈਜ਼ ਕੀਤਾ ਹੈ, ਸੋ ਬਹੁਤ ਖੁਸ਼ੀ ਹੋ ਰਹੀ ਹੈ, ਸਾਰੇ ਇਕੱਠੇ ਮਿਲੇ ਹਾਂ ਔਰ ਗੈਰੀ ਜੈਸਾ ਇੱਕ ਅੱਛਾ ਮੈਂਬਰ ਸਾਡੀ ਫੈਮਿਲੀ 'ਚ ਆਇਆ। ਬਹੁਤ ਜ਼ਿਆਦਾ ਖੁਸ਼ੀ ਹੈ, ਬਿਕਾਜ਼ ਬਹੁਤ ਟਾਈਮ ਬਾਅਦ ਇੱਕ ਤਾਂ ਬਹੁਤ ਸੈਲੀਬ੍ਰੇਸ਼ਨ ਦਾ ਕੁਛ ਮੌਕਾ ਮਿਲਿਆ ਐਂਡ ਬਹੁਤ ਇੰਜੋਏ ਕੀਤਾ, ਬਹੁਤ ਡਾਂਸ ਕੀਤਾ ਐਂਡ ਬਹੁਤ ਮਜ਼ਾ ਆਇਆ। ਆਈ ਐਮ ਹੈਪੀ ਦੈਟ ਇਟਸ ਮਾਈ ਬ੍ਰਦਰਸ ਫਸਟ ਲੋਹੜੀ। I am excited today because everyone's here. In guys function I danced on the stage. I played with my sisters and I had fun. ਛੋਟਾ ਹੈ ਉਹ ਘਰ ਮੇਂ, ਓਬਵੀਅਸਲੀ ਐਵਰੀਵਨ ਲਵਸ ਹਿਮ ਐਂਡ ਇਤਨੇ ਸਾਲੋਂ ਬਾਅਦ ਮਤਲਬ ਸਭ ਇਕੱਠੇ ਹੋਏ ਐਂਡ ਇਟਸ ਅ ਫੰਕਸ਼ਨ, ਸੋ ਬੇਸਿਕਲੀ ਇਟਸ ਰੀਅਲੀ ਫਨ, ਟਾਈਮ ਕੋ ਪਤਾ ਵੀ ਨਹੀਂ ਚੱਲਾ ਕਿਸੇ ਨਿਕਲ ਗਿਆ। ਵੈਸੇ ਮੇਰੇ ਹਿਸਾਬ ਨਾਲ ਪਹਿਲਾਂ ਕਹਿੰਦੀ ਤੁਸੀਂ ਚੰਗੀ ਤਰ੍ਹਾਂ ਔਰਗਨਾਈਜ਼ ਨਹੀਂ ਕੀਤਾ, ਇਹ ਨਹੀਂ ਕੀਤਾ, ਉਹ ਨਹੀਂ ਕੀਤਾ, ਅਤੇ ਹੁਣ ਤਾਂ ਲੱਗ ਰਿਹਾ ਵੀ ਸਮਾਈਲ ਤੂੰ ਲੱਗ ਰਿਹਾ, ਪਤਾ ਨਹੀਂ ਹੁਣ ਮੂੰਹ ਬਣਿਆ ਹੋਣਾ ਸੀ। ਇੰਨਾ ਕਿਊਟ ਬੱਚਾ ਸਾਡੇ ਘਰ ਹੈਗਾ, ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ, ਸਾਰਾ ਦਾ ਫੇਵਰੇਟ ਹੈਗਾ, ਪਰਫੈਕਟ ਫੈਮਿਲੀ ਕਹਿ ਸਕਦੇ ਹੋ ਤੁਸੀਂ, ਕਿੰਨਾ ਵਧੀਆ ਕਪਲ ਹੈਗਾ। ਉਸ ਤੋਂ ਬਾਅਦ ਸਾਰੇ ਤਾਰੀਫ ਕਰਦੇ ਨੇ, ਬੱਚੇ ਵੀ ਦੋਨੋਂ ਬਹੁਤ ਵਧੀਆ ਨੇ, ਦੋਨੋਂ ਕਿਊਟ ਨੇ। ਸਾਰੇ ਇੰਜੋਏ ਕਰ ਰਹੇ ਹਾਂ ਜੀ, ਵਾਈਫ ਤਾਂ ਮੇਰੀ ਡਾਂਸ ਕਰਦੀ ਨਹੀਂ, ਪਹਿਲਾਂ ਵੀ ਪ੍ਰਿਪਰੇਸ਼ਨ ਕਰਾਈ ਸੀ ਪਰ ਕਹਿੰਦੀ ਨਹੀਂ ਕਰਨੀ, ਨਹੀਂ ਆਉਂਦਾ ਹੀ ਨਹੀਂ, ਮੈਂ ਤਾਂ ਖੈਰ ਕਰ ਹੀ ਰਿਹਾ, ਬਾਕੀ ਸਾਰੇ ਕਰ ਰਹੇ ਨੇ ਮੇਰੇ। ਗੈਰੀ ਨੂੰ ਛੋਟਾ ਜਿਹਾ ਇੰਨਾ ਹੀ ਮੈਸੇਜ ਹੈ ਕਿ ਓਬਵੀਅਸਲੀ ਉਹਨੂੰ ਸਮਝ ਤਾਂ ਆਏਗਾ ਨਹੀਂ, ਬਟ ਇਟਸ ਜਸਟ ਕਿ ਉਹ ਹਮੇਸ਼ਾ ਖੁਸ਼ ਰਹੇ, ਸਕਸੈਸਫੁਲ ਹੋਏ ਲਾਈਫ ਵਿੱਚ, ਜੋ ਅਚੀਵ ਕਰਨਾ ਚਾਹੁੰਦਾ ਸਭ ਮਿਲੇ ਉਹਨੂੰ, ਹਮੇਸ਼ਾ ਖੁਸ਼ ਰਹੇ ਐਂਡ ਆਪਣੀ ਫੈਮਿਲੀ ਨੂੰ ਵੀ ਹਮੇਸ਼ਾ ਖੁਸ਼ ਰੱਖੇ। ਥੈਂਕ ਯੂ। ਇਹ ਛੋਟਾ ਜਿਹਾ ਤੋਹਫਾ ਜਿਹੜਾ ਸਾਡੇ ਘਰ ਆਇਆ ਹੈ, ਇਹ ਬੱਚਾ ਸਭ ਬਹੁਤ ਜ਼ਿਆਦਾ ਖੁਸ਼ੀਆਂ ਲੈ ਕੇ ਆਏ ਔਰ ਸਾਡੇ ਘਰ ਨੂੰ ਇਸ ਤਰ੍ਹਾਂ ਹੀ ਇੱਕ ਸੂਤਰ 'ਚ ਬੰਨ੍ਹੇ ਰੱਖੇ। ਹੈਪੀ ਲੋਹੜੀ ਐਵਰੀਵਨ। ਮੇਰੇ ਵੱਲੋਂ ਲੋਹੜੀ ਦੀਆਂ ਬਹੁਤ ਮੁਬਾਰਕਾਂ ਸਾਰਿਆਂ ਨੂੰ, ਤੁਹਾਨੂੰ ਵੀ ਤੇ ਸਾਨੂੰ ਤੇ ਓਬਵੀਅਸਲੀ ਹੈ ਹੀ ਨੇ। ਹੈਲੋ ਹੈਲੋ ਹੈਲੋ।
हेलो 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 सारे बहुत एक्साइटेड ने क्योंकि गैरी दी पहली लोहड़ी है दोबारा फिर करा यार भूल जाऊंगा कुछ नहीं है बाद जो मेरी पैनल ने देखी तो बहुत ही हंसना है मेरे पे मैं सच्ची कह रही हूँ भाई मैं पूरी खुश है जी सबसे ज्यादा खुश है जी विदास फोटोग्राफर बुलाए ने कहंदी और काम करो ना करो पहला चंडीगढ़ तू बुलाने ने जी मैं तो आंदेगा कि उधर देखा वर का नमो किवें नमो मेरे वालों लोड़ी दी सबनु मुबारक बस ज़्यादा नहीं बोल सकती।